ਹੋਰ ਅਪਡੇਟਸ ਦੇ ਲਈ ਮੇਰਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ। Mr. Singh Productions presents Param Satkaryo Shabd Guru Waliye Do Jahan Chawar Tak Chhatar De Malak Satguru Sahib Sri Guru Granth Sahib Maharaj Ji Pavitr Te Nighi Gaud Vich Badshah Darvesh Sahib Kamal Sahib Sri Guru Gobind Singh Maharaj Ji Di Charnan Di Chho Prapat ਇਸ ਧਰਤੀ ਤੇ ਸਜ ਬੈਠੇ ਗੁਰੂ ਪਿਆਰਿਓ ਗੁਰੂ ਸਵਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 22 ਮਈ 1964 ਦੇ ਦਿਹਾੜੇ ਨੂੰ ਯਾਦ ਕਰਦਿਆਂ ਸਮੁੱਚੇ ਹਿਮਾਚਲ ਪੰਜਾਬ ਤੇ ਹਰਿਆਣੇ ਦੀਆਂ ਸੰਗਤਾਂ ਇੱਥੇ ਪਹੁੰਚੀਆਂ। ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਯਹਾਂ ਮੌਤ ਵੀ ਹਯਾਤ ਹੈ। ਇਹ ਜਿਹੜੇ ਸਾਡੀ ਕੌਮ ਦੇ ਉਹ ਸ਼ਹੀਦ ਨੇ ਉਹਨਾਂ ਦਾ ਦਿਨ ਮਨਾਉਣ ਲਈ ਜਿੰਨੀ ਸੰਗਤ ਪਹੁੰਚੀ ਹੈ ਇਹ ਵੀ ਸਾਰੀ ਵਧਾਈ ਦਾ ਪਾਤਰ ਹੈ। ਮੈਂ ਬਹੁਤਾ ਸਮਾਂ ਤੁਹਾਡੇ ਵਿੱਚ ਨਹੀਂ ਲੈਣਾ ਕਿਉਂਕਿ ਸਿੱਖ ਕੌਮ ਦੀ ਮਾਇਨਾਜ਼ ਹਸਤੀ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਉਹ ਵੀ ਇੱਥੇ ਮਈ 1964 ਦੇ ਸ਼ਹੀਦਾਂ ਨੂੰ ਸ਼ਰਧਾ ਤੇ ਅਕੀਦਤ ਦੇ ਫੁੱਲ ਭੇਟ ਕਰਨ ਲਈ ਜਿੱਥੇ ਪਹੁੰਚੇ ਨੇ, ਉੱਥੇ ਹੀ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਸਿੱਖ ਕੌਮ ਦੀ ਪਾਰਲੀਮੈਂਟ ਦੇ ਮੌਜੂਦਾ ਮੁਖੀ ਭਾਈ ਸਾਹਿਬ ਭਾਈ ਗੋਬਿੰਦ ਸਿੰਘ ਅੰਗਵਾਲ ਸਾਹਿਬ, ਉਹ ਵੀ ਸ਼ਹੀਦਾਂ ਨੂੰ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਪਹੁੰਚੇ ਆ। ਇੱਥੇ ਆਏ ਹੋਏ ਉਹਨਾਂ ਦਾ ਤੇ ਸਮੁੱਚੀ ਸੰਗਤ ਦਾ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਕਹਿਣਾ ਤੇ ਧੰਨਵਾਦ ਕਰਦਾ, ਵਧਾਈ ਦੇਣਾ। ਸੰਤ ਬਾਬਾ ਨਿਹਾਲ ਸਿੰਘ ਜੀ ਜਿਉਂਦੇ ਸ਼ਹੀਦ, ਉਹਨਾਂ ਨੂੰ ਇੱਕ ਤਾਂ ਇਤਿਹਾਸ ਪੜ੍ਹ ਲੈਣਾ ਹੁੰਦਾ, ਇੱਕ ਇਤਿਹਾਸਿਕ ਕੋਈ ਫਿਲਮ ਦੇਖ ਲੈਣੀ ਹੁੰਦੀ ਹੈ, ਪਰ ਇਹਨਾਂ ਨੇ ਸਾਰਾ ਇਤਿਹਾਸ ਆਪਣੇ ਪਿੰਡੇ ਤੇ ਸਿਰਜਿਆ। ਮੈਂ ਉਹਨਾਂ ਨੂੰ ਵੀ ਇਸ ਗੱਲ ਦੀ ਵਧਾਈ ਦਿੰਦਾ ਵੀ ਤੁਸੀਂ ਆਪਣੀ ਰਹਿਨੁਮਾਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਇਸ ਸਮੁੱਚੇ ਪੰਥ ਨੂੰ ਦਰਸਾਇਆ ਵੀ ਕਿਸ ਤਰ੍ਹਾਂ ਗੁਰਦੁਆਰਾ ਸਾਹਿਬਾਨ ਨੂੰ ਆਜ਼ਾਦ ਕਰਵਾਇਆ ਗਿਆ। ਪਾਉਂਟਾ ਸਾਹਿਬ ਕਮੇਟੀ ਦੇ ਸਮੁੱਚੇ ਹੀ ਪ੍ਰਧਾਨ ਸਾਹਿਬ, ਸਮੁੱਚੇ ਹੀ ਅਹੁਦੇਦਾਰ ਸਾਹਿਬਾਨ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।